31 ਜਥੇਬੰਦੀਆਂ ਵੱਲੋਂ ਮੈਡਕਲਾਂ ਟੂਲ ਪਲਾਜ਼ੇ 'ਤੇ ਦਿੱਤਾ ਗਿਆ ਧਰਨਾ ਆਰਡੀਨੈਂਸ ਵਿਰੋਧ ਵਿੱਚ। ਇੱਥੋਂ ਜਿਹੜੀ ਵੀ ਕੋਈ ਕੰਪਨੀ ਇੱਥੇ ਆ ਕੇ ਆਪਣੇ 'ਤੇ ਇੱਥੇ ਕਬਜ਼ਾ ਕਰਨ ਨੂੰ ਫਿਰਦੀ ਹੈ ਨਾ, ਇਹ ਪੰਜਾਬ ਦੇ ਅਣਖੀ ਲੋਕ ਨੇ, ਅਣਖੀ ਲੋਕਾਂ ਨੇ ਇੱਥੇ ਇਹਨਾਂ ਨੂੰ ਨਹੀਂ ਵੜਨ ਦੇਣਾ। ਇਹ ਆਪਦਾ ਸੋਚ ਲੈਣ, ਇੱਥੇ ਪੰਜਾਬ 'ਚ ਪੈਰ ਪਾਉਣ ਤੋਂ ਪਹਿਲਾਂ ਇਹ ਮੋਦੀ ਨੂੰ ਜਿੰਨੇ ਜਿਹੜੇ ਆਰਡੀਨੈਂਸ ਪੰਜਾਬ ਦੇ ਵਿੱਚ ਜਿਹੜੇ ਥੋਪੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ, ਅਤੇ ਇਹ ਵਾਪਸ ਲੈ ਲਏ। ਨਹੀਂ, ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਨੂੰ ਇਹ ਖਮਿਆਜ਼ਾ ਬਹੁਤ ਮਹਿੰਗਾ ਪੈਣਾ ਗਾ। ਇਹ ਜਿਵੇਂ ਆਪਾਂ ਕੁਝ ਕਿਸਾਨ ਜੋ ਆਪਣੇ ਨੌਜਵਾਨ ਵੀਰਾਂ ਨੂੰ MSP ਬਾਰੇ ਨਹੀਂ ਪਤਾ, ਉਹ ਜਿਹੜੇ ਅਕਾਲੀਆਂ ਦੇ ਝੰਡੇ ਚੱਕੀ ਫਿਰਦੇ ਨਾ, ਅਕਾਲੀਆਂ ਦੇ ਮਗਰ ਆ, ਆਹ ਕਿਸਾਨ ਸਾ ਕਿਸਾਨ ਪਿਆਰਾ ਕੀ ਪਿਆਰਾ ਜਿਹੜਾ ਕਿਸਾਨ ਚੰਡੀਗੜ੍ਹ ਜਾ ਰਹੇ ਨੇ। ਇਹ ਜਿਹੜੇ ਸਿਆਸੀ ਲੋਕ ਨੇ, ਇਹ ਸਿਆਸੀ ਆਪਦਾ ਕੱਟਦੇ ਲਈ 2022 ਦੀਆਂ ਚੋਣਾਂ ਦੇ ਵਿੱਚ, 2022 ਦੀਆਂ ਚੋਣਾਂ ਦੇ ਵਿੱਚ ਇਹ ਆਪਦੇ ਅੰਕੜੇ ਕੱਢ ਰਹੇ ਨੇ ਵੀ ਸਾਡੇ ਨਾਲ ਆਹ ਟਾਈਮ ਦੇ ਵਿੱਚ ਕਿੰਨੇ ਲੋਕ ਜੁੜ ਰਹੇ ਨੇ ਆਪਾਂ ਨੂੰ ਪਾੜਨ 'ਤੇ ਤੁਰਿਆ ਵਾ। ਇਹਨੇ ਇਹ ਜਾ ਕੇ ਬਾਦਲਾਂ ਦੇ ਘਰ ਮੂਹਰੇ ਜਾ ਕੇ ਉਹਨੇ ਸਲਫਾਸ ਕੀਤੀ ਹੈ ਜਿਹਦੀ ਡੈਥ ਹੋਈ ਹੈ, ਸਾਨੂੰ ਸਭ ਨੂੰ ਹੀ ਪਤਾ। ਉੱਥੇ ਵੀਰ ਗਏ ਵੀ ਨੇ, ਨਹੀਂ ਤਾਂ ਅਖਬਾਰਾਂ ਟੀਵੀਆਂ ਰਾਹੀਂ ਸਾਰੇ ਕਿਸਾਨ ਵੀਰਾਂ ਨੂੰ ਜਾਂ ਆਪਣੀਆਂ ਪਿੰਡਾਂ ਦੇ ਵਿੱਚ ਪਤਾ ਲੱਗ ਹੀ ਗਿਆ ਹੋਊਗਾ। ਸੋ ਨੌਜਵਾਨ ਵੀਰੋ, ਅੱਜ ਇਹ ਸੋਚ ਕੇ ਚੱਲੋ ਕਿ ਅੱਜ ਅੱਕਾਂ ਵਾਲੀ ਤੋਂ ਇੱਕ ਕਿਸਾਨ ਸਲਫਾਸ ਖਾਂਦਾ, ਤੁਸੀਂ ਵੀ ਜੱਟਾਂ ਦੇ ਪੁੱਤੋਂ ਕਿਸਾਨੀ ਨਾਲ ਸੰਬੰਧਿਤ ਆ, ਇੰਨਾ ਕੁ ਖਿਆਲ ਰੱਖੋ ਵੀ ਕੱਲ੍ਹ ਜੋ ਅੱਕਾਂ ਵਾਲੀ ਤੋਂ ਜੋ ਕਿਸਾਨ ਵੀਰ ਨੇ ਸਲਫਾਸ ਖਾਧੀ ਆ, ਅੱਕਿਆ ਹੋਇਆ ਨੌਜਵਾਨ ਵੀਰੋ, ਅੱਕਿਆ ਹੋਇਆ ਕੋਈ ਤੁਹਾਡਾ ਆਪਦਾ ਤਾਇਆ ਚਾਚਾ ਬਜ਼ੁਰਗ ਕੱਲ੍ਹ ਨੂੰ ਸਲਫਾਸ ਖਾਣ ਲਈ ਮਜਬੂਰ ਨਾ ਹੋਵੇ। ਇਸੇ ਲਈ ਜੋ ਉਹਨਾਂ ਨੇ ਝੰਡੇ ਚੱਕੇ ਨੇ, ਹੱਥ ਨਾਲ ਹੱਥ ਮਿਲਾਓ ਆਪਣੇ ਬਜ਼ੁਰਗਾਂ ਨਾਲ, ਆਪਣੇ ਵੱਡਿਆਂ ਨਾਲ ਰਲ ਕੇ ਚੱਲੋ। ਲੋੜ ਹੈ ਇਸ ਕਿਸਾਨ ਰੋਹ ਨੂੰ ਇੱਕ ਲਹਿਰ ਦਾ ਰੂਪ ਦੇਣ ਦੇ ਵਿੱਚ ਲਈ। ਲਹਿਰ ਤਾਂ ਬਾਣੀ ਚੱਕੀ ਹੈ, ਜੋ ਅੱਜ ਇਹਨੂੰ ਨਾਕਾਮ ਕਰਨ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਉਹ ਕੋਈ ਰਾਜਨੀਤਿਕ ਪਾਰਟੀ ਹੈ, ਕੋਈ ਜਥੇਬੰਦਕ ਢਾਂਚਾ, ਉਹ ਤੋਂ ਦੂਰ ਰਹੀਏ ਕਿਸੇ ਪ੍ਰਕਾਰ ਦੀ ਹੁੱਲੜਬਾਜ਼ੀ ਤੋਂ। ਕਿਸਾਨ ਮਜ਼ਦੂਰ ਆਰਸੀ ਐਸੋਸੀਏਸ਼ਨ ਨੂੰ ਏਕਤਾ, ਕਿਸਾਨ ਮਜ਼ਦੂਰ ਏਕਤਾ, ਭਾਰਤੀ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਯੂਨੀਅਨ ਏਕਤਾ। ਤੇ ਸਾਰੇ ਪਿੰਡ ਨੂੰ ਜਗਾਉਂਦਾ ਰਹਿੰਦਾ। ਮੇਰੀ ਸਰਪ ਤੋਂ ਪਹਿਲਾਂ ਦਾ ਇਹ ਬੰਦਾ ਇਹੀ ਕੰਮ ਕਰਦਾ। ਸਾਡੇ ਪਿੰਡ ਵਿੱਚ ਇਸ ਬਰਾਦਰੀ ਦਾ, ਜਾਣੀ ਕਿ ਮੁਸਲਮਾਨ ਭਾਈਚਾਰੇ ਦਾ, ਸਿਰਫ ਇੱਕੋ ਘਰ ਆ, ਨਾ ਕੋਈ ਚਾਚਾ ਨਾ ਕੋਈ ਤਾਇਆ, ਬਸ ਸਾਰੇ ਪਿੰਡ ਨਾਲ ਬੜਾ ਮੋਹ ਆਏਗਾ। ਜਿਹਦੇ ਘਰ ਜਾਵੇ, ਰੋਟੀ ਖਾਵੇ, ਚਾਹ ਪੀਵੇ, ਲੱਸੀ ਪੀਵੇ, ਕੋਈ ਰੋਕ ਟੋਕ ਨਹੀਂ, ਅਤੇ ਪਿੰਡ ਦੇ ਜਵਾਕਾਂ ਨਾਲ ਵੀ ਬੜਾ ਮੋਹ ਆਏਗਾ। ਪਰ ਤੁਸੀਂ ਸਾਰੇ ਜਾਣੇ ਇਹੀ ਸੋਚਦੇ ਹੋਵੋਗੇ ਬਈ ਇਹ ਬੰਦਾ ਇਸ ਬੰਦੇ ਬਾਰੇ ਇੰਨੀਆਂ ਗੱਲਾਂ ਕਿਵੇਂ ਜਾਣਦਾ। ਕਿਉਂਕਿ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਨਾ, ਤਾਂ ਅਸੀਂ ਸਾਰੇ ਜਵਾਕ ਇਕੱਠੇ ਹੋ ਕੇ ਤਾਏ ਚੌਕੀਦਾਰ ਕੋਲ ਜਾ ਕੇ ਬਹਿ ਜਾਂਦੇ, ਉਦੋਂ ਉਹਦੀਆਂ ਕਹਾਣੀਆਂ ਸੁਣਦੇ ਹੁੰਦੇ ਸੀ, ਉਹਦੀਆਂ ਬਾਤਾਂ ਸੁਣਦੇ ਹੁੰਦੇ ਸੀ। ਜਦੋਂ ਉਹਨੇ ਸਾਨੂੰ ਕਹਾਣੀਆਂ ਸੁਣਾਉਣੀਆਂ ਤਾਂ ਉਹਦੀਆਂ ਕਹਾਣੀਆਂ ਸਾਨੂੰ ਆਪਦੀਆਂ ਕਹਾਣੀਆਂ ਲੱਗਣੀਆਂ, ਉਹਦੀਆਂ ਕਹਾਣੀਆਂ ਸਾਨੂੰ ਆਪਦੀਆਂ ਕਹਾਣੀਆਂ ਲੱਗਣੀਆਂ। ਮਹਿਲਕਲਾਂ ਦੇ ਟੂਲ ਪਲਾਜ਼ੇ ਤੇ ਲਗਾਤਾਰ ਪੱਕਾ ਮੋਰਚਾ ਲਾਇਆ ਗਾ। ਇੱਥੇ ਸਾਡੀਆਂ ਭਰਾਤਰੀ ਜਥੇਬੰਦੀਆਂ ਲੱਖੋਵਾਲ ਤੇ ਅਸੀਂ ਬਟੋਂਦਾ, ਇੱਕ ਜਥੇਬੰਦੀ ਹੋਰ ਹੈ, 31 ਜਥੇਬੰਦੀਆਂ ਜਿਹੜਾ ਧਰਨਾ ਬਰਨਾਲੇ ਦੇ ਵਿੱਚ ਰੇਲਵੇ ਟਰੈਕਾਂ 'ਤੇ ਚੱਲ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਸਾਡੂ ਆਗੂ ਕਹਿਣਗੇ ਅਸੀਂ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ, ਵੱਧ ਤੋਂ ਵੱਧ ਇਕੱਠ ਕਰਾਂਗੇ। ਅੱਜ ਅਸੀਂ ਮਹਿਲਕਲਾਂ ਦੇ ਟੂਲ ਪਲਾਜ਼ੇ 'ਤੇ ਸਾਡੀ ਡਿਊਟੀ ਲੱਗਿਆ, 2 ਜਥੇਬੰਦੀਆਂ ਬੈਠੀਆਂ ਸੀ ਲੱਖੋਵਾਲ ਅਤੇ ਬਟੋਂਦਾ। ਲੋਕਾਂ ਨੇ, ਨੌਜਵਾਨਾਂ ਨੇ ਬਹੁਤ ਸ਼ਮੂਲੀਅਤ ਕੀਤੀ ਆ। ਕੱਲ੍ਹ ਨੂੰ ਅਸੀਂ ਇੱਥੇ ਵੱਡੇ ਇਕੱਠ ਕਰਾਂਗੇ, ਅਸੀਂ ਲੰਗਰ ਪਾਣੀ ਸਾਡਾ ਇੱਥੇ ਪੱਕੂਗਾ, ਅਣਮਿੱਥੇ ਸਮੇਂ ਦਾ ਇਹ ਧਰਨਾ ਗਾ, ਲਗਾਤਾਰ ਇਹ ਧਰਨਾ ਜਾਰੀ ਰਹੇਗਾ। ਇੱਥੇ ਵੀ ਸਾਨੂੰ ਕਾਲ ਆਉਂਦੀ ਆ, ਅਸੀਂ ਇੱਥੇ ਬੈਠੇ ਹਾਂ ਜਾਂ ਬਰਨਾਲੇ ਭੇਜਦੇ ਹਾਂ, ਅਤੇ ਇਹ ਚੱਲੀ ਜਾਊਗਾ। ਜ਼ਿਲ੍ਹਾ ਜਨਰਲ ਸਕੱਤਰ BP ਜੀ ਲੱਖੋਵਾਲ, ਅੱਜ ਜਿਹੜੇ ਇੱਥੇ ਟੂਲ ਪਲਾਜ਼ੇ ਦੇ ਉੱਤੇ ਧਰਨਾ ਲੱਗਿਆ ਹੋਇਆ, ਇਹ
मोदी दी सच्चियां खब्बियां बाहां तोड़न खातर जिहड़ियां कारपोरेट घराने इत्थे पंजाब दे विच लिया के अवानी अडानी वर्गियां दीआं कंपनियां इत्थे लिया के साडे ते किसान जिहड़े पंजाब दे तिन आर्डीनेंस लै के इत्थे प्राइवेट अदारा करन जा रहा उस दे खिलाफ आ टूल प्लाजा इत्थों सिद्धियां गड्डियां लंघाईआं जा रहीआं ने ते कोई टूल पर्ची नहीं लगन दिती जा रही। इन्हां दे अवानिया अडानिया दे रिलायंस दे पंप जियो दे सिम सब नौजवानों ने भन्नते नौजवान बड़ी गिणती दे विच इत्थे पहुँच रहे आ। अज धन्नवाद करदे आ नौजवानों दा, नौजवान बहुत उत्साह आ नौजवानों दे विच। ते हुण इन्हां दे जिन्ने मॉल ने वह भी बंद करा के कोई इन्हां दे मॉल दे विचों कोई चीज़ ना खरीदो, कोई इन्हां रिलायंस दे पंप तो इन्हां जिहड़ियां प्राइवेट अदारे वाली कंपनियां इत्थों पंजाब दे विचों असीं टक्कर नूं तैयार आ, असीं टक्करांगे। हुण पंजाब दा नौजवान जाग उठा, ये मोदी नूं सोच लेना चाहिए। मोदी तेरियां सज्जियां खब्बियां बाहां भन्न के असीं तेरे इत्थे पंजाब तेनूं ना गोडी हत्थ टकाया तां तूं की जाणेगा। पंजाब दा नौजवान जाग चुकिया, अज दिल्ली वल नूं इह कुछ कर रहा।